ਸਤਕਾਰਯੋ ਵਾਹਿਸ਼ੰਸਰ ਡਾਕਟਰ ਜਸਪਾਲ ਸਿੰਘ ਜੀ ਡਾਕਟਰ ਐਸਪੀ ਸਿੰਘ ਜੀ ਬਾਬਾ ਸੰਤ ਬਾਬਾ ਮੀਰ ਸਿੰਘ ਜੀ ਡਾਕਟਰ ਗੁਰਨਾਮ ਸਿੰਘ ਜੀ ਅਤੇ ਮੇਰੇ ਸਹਿਕਰਮੀ ਭੈਣੋ ਤੇ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਕਮ ਹੋਇਆ ਕਿ ਮੈਂ ਇੱਕ 2 ਮਿੰਟ ਦੀ ਤੁਹਾਡੇ ਨਾਲ ਗੱਲਾਂ ਕਰਨੀਆਂ ਕਿਉਂਕਿ ਬਾਅਦ ਦੇ ਵਿੱਚ ਮੈਨੂੰ ਮੌਕਾ ਦਿੱਤਾ ਜਾਏਗਾ ਤੁਹਾਡੇ ਨਾਲ ਖੁੱਲਕੇ ਵਿਚਾਰਾ ਕਰਨ ਦਾ ਮੈਂ ਦੋ ਗੱਲਾਂ ਤੁਹਾਡੇ ਨਾਲ ਇਸ਼ਾਨੀਆਂ ਕਰਨੀਆਂ ਕਿ ਜਿੰਨੀਆਂ ਪ੍ਰਾਪਤੀਆਂ ਤੁਹਾਡੇ ਸਾਹਮਣੇ ਹੁਣੇ ਡਾਕਟਰ ਗੁਨਾਮ ਸਿੰਘ ਜੀ ਗਿਣਾ ਕੇ ਗਏ ਨੇ ਇਹ ਸ਼ਾਇਦ ਸੰਭਵ ਨਾ ਹੁੰਦੀਆਂ ਜੇਕਰ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਰ ਡਾਕਟਰ ਜਸਪਾਲ ਸਿੰਘ ਇੱਕ ਪ੍ਰੋੜ੍ਹ ਵਿਦਵਾਨ ਤੇ ਚੰਗੇ ਇਨਸਾਨ ਹੋਣ ਦੇ ਨਾਲ-ਨਾਲ ਇੱਕ ਚੰਗੇ ਸੰਗੀਤਕਾਰ ਵੀ ਨਾ ਹੁੰਦੇ ਕਿਉਂਕਿ ਸੰਗੀਤ ਦੀ ਉਹਨਾਂ ਨੂੰ ਬਾਰੀਕੀ ਤੱਕ ਸਮਝ ਹੈ ਇਸੇ ਕਰਕੇ ਉਹਨਾਂ ਨੇ ਇਸ ਵਿਭਾਗ ਨੂੰ ਇਸ ਬਰੰਦੀਆਂ ਤੇ ਪਹੁੰਚਾਇਆ ਦੂਜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਵੇਂ ਡਾਕਟਰ ਐਸ.ਪੀ. ਸਿੰਘ ਦੱਸ ਕੇ ਗਏ ਨੇ ਕਿ ਕਿਵੇਂ ਇਹ ਗੁਰਮੁਖ ਸੰਗੀਤ ਦੀ ਗੱਲ ਪੈਦਾ ਹੋਈ ਨਿਰਛੰਦੇ ਗੱਲ ਛੇੜੀ ਸੀ ਡਾਕਟਰ ਭਾਈ ਵੀਰ ਸਿੰਘ ਤੇ ਉਹਨਾਂ ਦੇ ਸਵਰਗੀ ਪਿਤਾ ਡਾਕਟਰ ਚਰਨ ਸਿੰਘ ਉਹਨਾਂ ਨੇ ਉਹ ਪੋਸਟਗ੍ਰਾਡਿਅਤ ਨਾ ਕਰਕੇ ਗੁਰਮੁਖਤ ਸੰਗੀਤ ਨਰਨਾ ਪਰ ਉਹ ਗੱਲ ਕਿਤਾਬਾਂ ਤੱਕ ਹੀ ਰਹੀ ਹਵਾ ਚ ਰਹੀ ਉਹਨੂੰ ਪ੍ਰੈਕਟੀਕਲ ਸ਼ੇਪ ਨਹੀਂ ਦਿੱਤੀ ਜਾ ਸਕੀ ਇਹ ਜਿਸ ਤਰ੍ਹਾਂ ਡਾ. ਗੁਰਮਤ ਸਿੰਘ ਉਥੇ ਪੰਜਾਬੀ ਉਸ ਪੰਜਾਬ ਸਿਵਲ ਚੰਡੀਗੜ੍ਹ ਚ ਡਾ. ਦਰਸ਼ਨ ਸਿੰਘ ਕੋਲ ਕੰਮ ਕਰੇ ਸਨ ਪਰ ਇੱਕ ਸਮਾਂ ਐਸਾ ਆ ਜਦੋਂ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਸ਼ਤਾਬਦੀ ਦੇ ਸਬੰਧ ਵਿੱਚ ਇੱਕ ਸੈਮੀਨਾਰ ਕੀਤਾ ਸੀ ਤਾਂ ਉੱਥੇ ਡਾਕਟਰ ਮੁਲਖ ਰਾਜ ਆਨੰਦ ਰੌਣ ਸੱਦਿਆ ਗਿਆ ਸੀਗਾ ਉਹ ਪ੍ਰਧਾਨਗੀ ਕਰ ਰਹੇ ਸਨ ਉੱਥੇ ਮੈਨੂੰ ਵੀ ਪੇਪਰ ਪੜ੍ਹਨ ਦਾ ਮੌਕਾ ਮਿਲਿਆ ਤੇ ਮੈਂ ਜਿਸ ਰੋ ਪੇਪਰ ਪੜ੍ਹਿਆ ਤਾਂ ਡਾਕਟਰ ਮੁਲਖ ਰਾਜ ਆਨੰਦ ਨੇ ਕਿਹਾ ਕਿ ਮੈਂ ਸੁਣਦਾ ਹੁੰਦਾ ਸੀ ਕਿ ਸਿੱਖ ਜਿਹੜੇ ਹੈਗੇ ਆ ਆਪਣੀਆਂ ਗੱਲਾਂ ਹਵਾ ਜੀ ਕਰਦੇ ਨੇ ਅੱਜ ਕਹਿੰਦੇ ਪਤਾ ਲੱਗਿਆ ਕਿ ਵਾਕਿਆ ਹੀ ਹਵਾ ਜੀ ਗੱਲਾਂ ਕਰਦੇ ਨੇ ਕਿਉਂਕਿ ਗੁਰਮਤ ਸੰਗੀਤੀ ਪਰੰਪਰਾ ਜਿਸ ਤਰ੍ਹਾਂ ਕਿ ਹੁਣੇ ਕਿਉਂਕਿ ਮੇਰਾ ਸੀ ਹਰਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਤੇ ਜਿਸ ਤਰ੍ਹਾਂ ਕਹਿੰਦੇ ਕਿ ਕਾਕਾ ਜੀ ਉਹ ਮੈਂ ਅੱਜ ਤੋਂ ਕੋਈ 30 ਸਾਲ ਪਹਿਲਾਂ ਦੀ ਗੱਲ ਹੈਗੀ ਆ ਕਿ ਜਿਸ ਤਰ੍ਹਾਂ ਕਾਕਾ ਜੀ ਦੱਸ ਕੇ ਗਏ ਨੇ ਅਗਰ ਇਹ ਗੁਰਮਤ ਸੰਗੀਤ ਆ ਤੇ ਇਸ ਨੂੰ ਅਸੀਂ ਨਹੀਂ ਸੰਭਾਲ ਰਹੇ ਤਾਂ ਮੈਂ ਸਮਝਦਾ ਕਿ ਤੁਹਾਡੇ ਵਰਗਾ ਬਦਕਿਸਮਤ ਕੋਈ ਨਹੀਂ ਉਹ ਸਾਡੀ ਕਹਿੰਦੇ ਪਰੰਪਰਾ ਸਿਰਫ 100 ਸਾਲ ਪੁਰਾਣੀ ਹੈ ਤਾਂ ਅਸੀਂ ਉਹਨਾਂ ਇੰਨੀ ਬੁਲੰਦੀਆਂ ਤੇ ਪਹੁੰਚਾਤਾ ਤੇ ਤੁਹਾਡੀ 500 ਸਾਲ ਪੁਰਾਣੀ ਪਰੰਪਰਾ ਤੁਸੀਂ ਕਿਹਨਾਂ ਰੂਲੀ ਜਾ ਰਹੇ ਹੋ ਉਹਨਾਂ ਦੇ ਉਸ ਚੈਲੰਜ ਨੂੰ ਕਬੂਲ ਕਰਕੇ ਡਾਕਟਰ ਦਰਸ਼ਨ ਸਿੰਘ ਤੇ ਡਾਕਟਰ ਐਸ.ਪੀ ਸਿੰਘ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਫਸ ਗਿਆ ਤੇ ਤੂੰ ਹੁਣ ਇਹ ਮਤਲਬ ਕਿ ਕੰਮ ਨਾਲ ਡਾਕਟਰ ਦਰਸ਼ਨ ਸਿੰਘ ਤੇ ਡਾਕਟਰ ਗੁਨਾਮ ਨੂੰ ਕੋਰੋਨਾ ਕਿ ਉਹਦੇ ਕੋਲ ਦੋਵੇਂ ਗੁਣ ਨੇ ਜਿਹੜੀ ਜੇ ਤੂੰ ਗੱਲ ਕੀਤੀ ਹੈ ਡਾਕਟਰ ਗੁਨਾਮ ਸੇ ਕੋਲ ਦੋਵੇਂ ਗੁਣ ਨੇ ਉਹ ਗੁਰਬਾਣੀ ਦਾ ਗਿਆਤਾ ਵੀ ਐ ਤੇ ਸੰਗੀਤ ਦਾ ਗਿਆਤਾ ਵੀ ਐ। ਤੇ ਉਥੋਂ ਅਸੀਂ ਸੋਚ ਨਹੀਂ ਸੀ ਸਕਦੇ ਕਿ ਡਾਕਟਰ ਗੁਨਾਮ ਸਿੰਘ ਕਿਸੇ ਦਿਨ ਐਡਾ ਵੱਡਾ ਬੋੜ ਬਣ ਜਾਵੇਗਾ ਕਿ ਉਹਦੀ ਛਾਇਆ ਸਾਰੇ ਸੰਸਾਰ ਦਾ ਸਿੱਖ ਜਗਤ ਬਣੇਗਾ। ਉਹ ਤੁਸੀਂ ਸੁਣ ਹੀ ਲਿਆ। ਮੈਂ ਕਹਿਣਾ ਹੁਣਾਂ ਕਿ ਜੋ ਬਾਬਾ ਸੁੱਚਾ ਸਿੰਘ ਜੀ ਗੱਲ ਕਹਿੰਦੇ ਹੁੰਦੇ ਸਨ ਕਿਉਂਕਿ ਅਸੀਂ ਇਹ ਸੈਮੀਨਾਰ ਉਹਨਾਂ ਦੀ ਯਾਦ ਜਿਹੜਾ ਦੁੱਤੀ ਗੁਰਤਮ ਸਿੰਘ ਗੀਤ ਸਮੇਲਨਾਂ ਉਹਨੂੰ ਸਮਾਪਤ ਕਰ ਰਹੇ ਹਾਂ ਕੁਝ ਜਿਸਲੇ ਵਿਦਵਾਨ ਸੱਦੇ ਹੁੰਦੇ ਸਨ ਉਹਨਾਂ ਦੀ ਦਿੱਖ ਜਿਹੜੀ ਸੀ ਉਹ ਉਸ ਸਮਾਗਮਾਂ ਦੇ ਨਾਲ ਮੇਚ ਨਹੀਂ ਖਾਂਦੀ ਹੁੰਦੀ ਤੇ ਮੈਂ ਉਹਨਾਂ ਨੂੰ ਕਿਹਾ ਬਾਬਾ ਜੀ ਇਹ ਕੁਝ ਗੱਲ ਸੰਗਤਾਂ ਨੂੰ ਇਤਰਾਜ਼ ਹੋ ਰਿਹਾ ਤਾਂ ਉਹਨਾਂ ਦਾ ਜਵਾਬ ਸੀ ਕਿ ਸਾਬਰ ਸਾਹਿਬ ਸਾਨੂੰ ਇਹਨਾਂ ਵਿਦਵਾਨ ਲੋਕਾਂ ਨੂੰ ਗੱਲ ਲਾਉਣ ਦੀ ਲੋੜ ਹੈ ਹਟਾਉਣ ਦੀ ਲੋੜ ਨਹੀਂ ਸੋ ਜਿਸ ਤਰ੍ਹਾਂ ਡਾਕਟਰ ਗੁਨਾਮ ਸਿੰਘ ਨੇ ਇਹ ਸਾਰਿਆਂ ਨੂੰ ਗੱਲ ਲਾ ਕੇ ਇਹ ਸ਼ਿਸ਼ਵੰਡਲੀ ਤਿਆਰ ਕੀਤੀ ਹੈ ਔਰ ਜਿਸ ਤਰ੍ਹਾਂ ਅੱਜ ਸਾਡੀ ਇੱਕ ਮਤਲਬ ਬਹੁਤ ਹੀ ਵੱਡੀ ਤਰਾਸ ਦੀ ਮੁਕੀ ਆ ਇਹਨਾਂ ਦੋਵਾਂ ਮੁੜਕੇ ਜੜੀਆਂ ਹੈਗੀਆਂ ਸੰਸਥਾਵਾਂ ਜੁਵਦੀ ਟਕਸਾਲ ਤੇ ਇਹ ਗੁਰਮੁਤ ਸੰਗੀਤ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਇਹਨਾਂ ਦਾ ਸੰਗਮ ਹੋਣਾ ਬਹੁਤ ਹੀ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਇਸ ਸੈਮੀਨਾਰ ਦੀ ਅੱਜ ਦੇ ਦਿਨ ਦੀ ਇਹਨਾਂ ਸ਼ਬਦਾਂ ਨਾਲ ਹੀ ਮੈਂ ਵਾਡਾ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਡਾਟ ਗੁਨਾਮ ਸਿੰਘ ਨੂੰ ਵਧਾਈ ਦੇਣਾ ਇੰਨੀਆਂ ਪ੍ਰਾਪਤੀਆਂ ਕਰਨ ਦੇ ਪਰ ਥੋੜਾ ਜਿਹਾ ਵਕਤ ਜਿਵੇਂ ਡਾਟ ਗਰੇਵਾਲ ਕਹਿ ਕੇ ਗਏ ਨੇ ਇਹਨੂੰ ਸੰਭਾਲ ਕੇ ਵੀ ਰੱਖਣ ਦੀ ਲੋੜ ਆ ਕਿਤੇ ਨਜ਼ਰ ਹੀ ਨਾ ਲੱਗ ਜਾਈਏ ਘਰ ਬੇਟੀ ਬਿਮਾਰ ਹੈ ਪਰ ਇਹਨਾਂ ਦਵਾਈ ਦੇਣ ਦਾ ਵੀ ਖਿਆਲ ਹੈ ਨਹੀਂ ਸੋ ਇਸ ਕਰਕੇ ਥੋੜਾ ਜਿਹਾ ਸੰਭਲ ਕੇ ਵੀ ਚੱਲਣ ਦੀ ਲੋੜ ਹੈਗੀ ਆ ਕੰਮ ਕਰੋ ਕੰਮ ਕਰਨ ਦੀ ਲੋੜ ਹੈ ਕਿਉਂਕਿ ਤੁਹਾਡੇ ਵਰਗੇ ਕੰਮ ਹੋਰ ਕੋਈ ਕਰ ਨਹੀਂ ਸਕਦਾ ਪਰ ਇਹ ਜੇ ਵਿਦਵਾਨ ਲੋਕਾਂ ਨੂੰ ਇਹ ਜੇ ਇਨਸਾਨਾਂ ਨੂੰ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦੀ ਸੇਵਾ ਸੰਭਾਲ ਦੇ ਵਿੱਚ ਪੂਰਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ